ਇਸ ਤੋਂ ਇਲਾਵਾ ਸੁਰੱਖਿਆ ਦੇ لحاظ ਦੇ ਨਾਲ ਫਲੈਗ ਮਾਰਚ ਵੀ ਪੁਲਿਸ ਵੱਲੋਂ ਕੱਢਿਆ ਗਿਆ ਹੈ ਪਾਰੀ ਪੁਲਿਸ ਬਾਲ ਤੇ CISF ਫੋਰਸ ਡਿਗਿਆ ਉੱਥੇ ਤਨਾਤ ਸੁਰੱਖਿਆ ਨੂੰ ਲੈ ਕੇ ਫਲੈਗ ਮਾਰਚ ਕੱਢਿਆ ਗਿਆ ਤੇ ਇਸ ਮੌਕੇ ਵੀ ਸੜ ਪੱਤਰਕਾਰ ਵੱਲੋਂ ਮੌਕੇ ਦਾ ਚਾਇਸਾ ਲਿਆ ਗਿਆ ਉਫ ਬਿੱਟੂ ਦੇ ਸੰਸਕਾਰ ਤੇ ਹਜੇ ਵੀ ਸੰਸ਼ਯ ਬਰਕਰਾਰ ਹੈ ਲੇਕਿਨ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਔਰ ਸਰਕਾਰ ਜਿਹੜੀ ਹੈ ਉਹ ਸਥਿਤੀ ਨੂੰ ਲੈ ਕੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਮੁਸਤੈਦ ਹੁੰਦੀ ਨਜ਼ਰ ਆ ਰਹੀ ਹੈ ਤੁਸੀਂ ਵੇਖ ਸਕਦੇ ਹੋ ਪੁਲਿਸ ਦੀ ਤਰਫੋਂ ਔਰ ਜਿਹੜੀ ਰੈਪਿਡ ਐਕਸ਼ਨ ਫੋਰਸ ਹੈ ਉਸ ਦੀ ਤਰਫੋਂ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਕਰੀਬਨ 1 ਕਿਲੋਮੀਟਰ ਵੱਡਾ ਹੈ ਫਲੈਗ ਮਾਰਚ ਹੈ ਜਿਹਦੇ ਵਿੱਚ ਪੁਲਿਸ ਦੇ ਮਹਿਲਾ ਜਵਾਨ ਜਿਹੜੇ ਹਨ ਉਹ ਵੀ ਮੌਜੂਦ ਨੇ ਇਸ ਤੋਂ ਇਲਾਵਾ ਪੁਰਸ਼ ਜਵਾਨਾਂ ਦੀ ਗੱਲ ਕਰੀਏ ਮੌਜੂਦ ਨੇ ਨਾਲ ਨਾਲ CRPF ਦੀ ਜਿਹੜੀ ਰੈਪਿਡ ਐਕਸ਼ਨ ਫੋਰਸ ਹੈ ਉਸ ਨੂੰ ਵੀ ਇਸ ਫਲੈਗ ਮਾਰਚ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਲਾਅ ਐਂਡ ਆਰਡਰ ਦੇ ਮੱਦੇ ਨਜ਼ਰ ਆ ਫਲੈਗ ਮਾਰਚ ਜਿਹੜਾ ਹੈ ਉਹ ਸ਼ਹਿਰ ਦੇ ਵਿਭਿੰਨ ਕੋਨਿਆਂ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ ਤਾਂ ਕਿ ਜਿਹੜੀ ਕਾਨੂੰਨ ਵਿਵਸਥਾ ਹੈ ਉਸ ਨੂੰ ਚਾਕਚੋਬੰਦ ਰੱਖਿਆ ਜਾਏ ਕਾਨੂੰਨ ਵਿਵਸਥਾ ਨਾਲ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਜਿਹੜਾ ਉਹ ਹੁੰਦਾ ਨਜ਼ਰ ਨਾ ਆਏ ਕਿਉਂਕਿ ਸਿੱਧੇ ਤੌਰ ਤੇ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਹਾਲਾਂਕਿ ਪਹਿਲਾਂ ਹੀ ਪ੍ਰਸ਼ਾਸਨ ਜਿਹੜਾ ਹੈ ਸਰਕਾਰ ਜਿਹੜੀ ਹੈ ਉਹ ਮੁਸਤੈਦ ਹੁੰਦੀ ਨਜ਼ਰ ਆ ਰਹੀ ਹੈ ਔਰ ਇਸੇ ਕਰਕੇ ਇਨਾ ਵੱਡਾ ਫਲੈਗ ਮਾਰਚ ਜਿਹੜਾ ਹੈ ਉਹ ਇੱਥੋਂ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਆਰਪੀਐਫ ਦੇ ਜਿਹੜੇ ਕਹਿ ਸਕਦੇ ਆ ਆਫੀਸਰ ਹੈ ਉਹ ਵੀ ਇਸ ਫਲੈਗ ਮਾਰਚ ਦੇ ਵਿੱਚ ਮੌਜੂਦ ਹੈ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀ ਸਪੈਸ਼ਲ ਫੋਰਸ ਜਿਹੜੀ ਹੈ ਉਸ ਨੂੰ ਵੀ ਇਸ ਫਲੈਗ ਮਾਰਚ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਹੱਥ ਦੇ ਵਿੱਚ ਡੰਡੇ ਲੈ ਕੇ ਆ ਜਿਹੜੀ ਫੋਰਸਿਸ ਹੈ ਉਹ ਸ਼ਹਿਰ ਦੇ ਵਿਭਿੰਨ ਕੋਨਿਆਂ ਦੇ ਵਿੱਚ ਜਾ ਰਹੇ ਹਨ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਔਰ ਕਿਤੇ ਨ ਕਿਤੇ ਆ ਦੱਸਣ ਦਾ ਵੀ ਪ੍ਰਯਾਸ ਕਰ ਰਹੇ ਹਨ ਕਿ ਲਾਇਨ ਆਰਡਰ ਦੀ ਸਿਚੁਏਸ਼ਨ ਨਾਲ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਏਗਾ ਤੁਸੀਂ ਦੇਖ ਸਕਦੇ ਹੋ ਪਿੱਛੇ ਤੱਕ ਜਿੱਥੋਂ ਤੱਕ ਵੀ ਨਜ਼ਰ ਜਾ ਰਹੀ ਹੈ ਪੁਲਿਸ اور ਰੈਪਿਡ ਐਕਸ਼ਨ ਫੋਰਸ ਦੀ ਟੀਮਾਂ ਜਿਹੜੀਆਂ ਨੇ ਉਹ ਇਸ ਫਲੈਗ ਮਾਰਚ ਦੇ ਵਿੱਚ ਮੌਜੂਦ ਨੇ ਕਿਤਨਾ ਕਿਤੇ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਹੋਈ ਹੈ ਕਿਉਂਕਿ ਹਜੇ ਵੀ ਕਸ਼ਮਕਸ਼ ਦੀ ਸਥਿਤੀ ਹੈ ਕਿ ਕਿਆ ਅੱਜ ਮਹਿੰਦਰਪਾਲ ਉਫ ਬਿੱਟੂ ਦਾ ਸੰਸਕਾਰ ਕੀਤਾ ਜਾਏਗਾ ਜਾਂ ਫਿਰ ਨਹੀਂ ਕੀਤਾ ਜਾਏਗਾ ਕਿਉਂਕਿ ਹਜੇ ਇੱਕ ਟੀਮ ਜਿਹੜੀ ਹੈ ਉਹ 45 ਮੈਂਬਰੀ ਕਮੇਟੀ ਦੇ ਨਾਲ ਮੁਲਾਕਾਤ ਕਰੇਗੀ ਉਸ ਤੋਂ ਬਾਅਦ ਅੰਤਿਮ ਫੈਸਲਾ ਹੁੰਦਾ ਨਜ਼ਰ ਆਏਗਾ ਲੇਕਿਨ ਉਸ ਤੋਂ ਪਹਿਲਾਂ ਹੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਉਦੇਸ਼ਾਂ ਨਾਲ ਇਸ ਤਰ੍ਹਾਂ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਪ੍ਰਬੰਧ ਹੈ ਜਾਂ ਫਿਰ ਸਰਕਾਰ ਜਿਸ ਤਰ੍ਹਾਂ ਨਾਲ ਸੰਜੀਦਾ ਹੋਈ ਹੈ ਉਸ ਦਾ ਨਜ਼ਾਰਾ ਆ ਜਿਹੜਾ ਫਲੈਗ ਮਾਰਚ ਹੈ ਜਿਹੜਾ ਕਿ ਸ਼ਹਿਰ ਦੇ ਵਿਭਿੰਨ ਕੋਨਿਆਂ ਦੇ ਵਿੱਚ ਕੱਢਿਆ ਜਾ ਰਿਹਾ ਹੈ ਉਹ ਦੱਸਦਾ ਇਹ ਨਜ਼ਰ ਆ ਰਿਹਾ ਹੈ ਕਿ ਲਾਈਨ ਆਰਡਰ ਦੀ ਸਿਚੁਏਸ਼ਨ ਨਾਲ ਕਿਸੇ ਤਰ੍ਹਾਂ ਨਾਲ ਵੀ ਕਿਸੇ ਨੂੰ ਕੰਪਰੋਮਾਈਜ਼ ਨਹੀਂ ਕੀਤਾ ਜਾਣ ਦਿੱਤਾ ਜਾਏਗਾ ਫਿਲਹਾਲ ਆ ਜਿਹੜਾ ਫਲੈਗ ਮਾਰਚ ਹੈ ਇਹ ਕੋਟਕਪੂਰਾ ਦੇ ਵਿਭਿੰਨ ਬਾਜ਼ਾਰਾਂ ਦੇ ਵਿੱਚ ਜਾ ਰਿਹਾ ਹੈ ਗਲੀਆਂ ਦੇ ਵਿੱਚ ਜਾ ਰਿਹਾ ਹੈ ਔਰ ਸਿੱਧੇ ਤੌਰ ਤੇ ਲੋਕਾਂ ਨੂੰ ਵੀ ਆਸ਼ਵਸਤ ਕਰਨ ਦਾ ਪ੍ਰਯਾਸ ਕਰ ਰਿਹਾ ਹੈ ਕਿ ਤੁਸੀਂ ਪੁਲਿਸ ਦੇ ਸੁਰੱਖਣ ਦੇ ਵਿੱਚ ਕਿਤੇ ਨਾ ਕਿਤੇ ਸੁਰੱਖਿਤ ਹੋ ਲੇਕਿਨ ਵੇਖਣਾ ਹੋਏਗਾ ਕਿ ਜਦੋਂ ਅੱਜ ਬੈਠਕ ਹੁੰਦੀ ਹੈ ਕਿਉਂਕਿ ਕੁਛ ਹੀ ਦਿਨ ਬਾਅਦ ਬੈਠਕ ਵੀ ਸ਼ੁਰੂ ਹੋਣ ਵਾਲੀ ਹੈ ਜਿਦੇ ਵਿੱਚ ਆਈਜੀ ਛੀਨਾਗ ਦੀ ਗੱਲ ਕਰੀਏ ਡੀਸੀ ਫਰੋਦ ਫਰੀਦਕੋਟ ਦੀ ਗੱਲ ਕਰੀਏ ਜਾਂ ਫਿਰ ਐਸਐਸਪੀ ਦੀ ਗੱਲ ਕਰੀਏ ਉਹ ਮੌਜੂਦ ਰਹਿਣਗੇ ਹੋਰ ਵੀ ਪ੍ਰਸ਼ਾਸਕ ਕਮਲਾ ਜਿਹੜਾ ਹੈ ਉਸ ਬੈਠਕ ਦੇ ਵਿੱਚ ਮੌਜੂਦ ਰਹੇਗਾ ਉਸ ਬੈਠਕ ਦਾ ਨਤੀਜਾ ਜਿਹੜਾ ਉਹ ਕੀ ਨਿਕਲਦਾ ਹੈ ਲੇਕਿਨ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰਨ ਨੂੰ ਲੈ ਕੇ ਪ੍ਰਸ਼ਾਸਨ ਜਿਹੜਾ ਹੈ ਇਸ ਵਾਰ ਪੂਰੀ ਤਰ੍ਹਾਂ ਨਾਲ ਚੁਸਤ ਔਰ ਦਰੁਸਤ ਨਜ਼ਰ ਆ ਰਿਹਾ ਹੈ ਕੈਮਰਾਮੈਨ ਰਾਜੇਸ਼ ਦੇ ਨਾਲ ਵਿਨਿਤ ਕਪੂਰ ਲਿਵਿੰਗ ਇੰਡੀਆ ਨਿਊਜ਼ ਕੋਟਕਪੂਰਾ